वधेरे जानकारी लिए संपर्क करो गौरव गर्ग शेरपुर, मोबाइल 94170-36301 98141-36301 94170-36301 98141-36301। संगरूर जिले की प्रसिद्ध विद्यक संस्था संत बाबा अतर सिंह खालसा कॉलेज संदौड़ विखे 46वां सालाना खेड समारोह करवाया गया। कॉलेज के प्रिंसीपल डॉक्टर परमजीत कौर और समूह स्टाफ के सहयोग नाल करवाए गए इन समागमों मौके कॉलेज की प्रबंधक कमेटी के जनरल सकत्तर ज्ञानी बाबू सिंह जी रिटायर्ड प्रिंसीपल उचेचे तौर पर पुजे और झंडा लहराने की रस्म अदा करने उपरांत विद्यार्थियों वालों की मार्च पास्ट को सलामी भी दी गई। इस मौके प्रधान बीबी हरदयाल कौर, सरदार करमजीत सिंह जनाब, सरदार सुख महेंद्र सिंह, सरदार अवतार सिंह रौनो, ज्ञानी अजीत सिंह कसवा, सरदार सतवंत सिंह, सरपंच हरजीत सिंह भी पुजे हुए सन। समारोह विच विद्यार्थियों अते विद्यार्थिनां वल्लों लंबी रेस, गोला सुट्टन, लंबी छाल, जैवलन थ्रो आदि दे मुकाबले करवाए गए, जिन्हां दा आए मेहमानां अते बच्चियां ने खूब आनंद माणिया। Thank you.
समारोह मौके बेस्ट खिलाड़ी चुने जगजीत कौर बीए भाग पहला ਅਤੇ ਜਸਪ੍ਰੀਤ ਸਿੰਘ ਬੀਏ ਭਾਗ ਦੂਜਾ ਨੇ ਗੱਲਬਾਤ ਕਰਦਿਆਂ ਕਾਫੀ ਖੁਸ਼ੀ ਮਹਿਸੂਸ ਕੀਤੀ। ਮੇਰਾ ਨਾਮ ਜਸਪ੍ਰੀਤ ਸਿੰਘ ਹੈ ਜੀ, ਸੰਤ ਬਾਬਾ ਤਰ ਸਿੰਘ ਕਹਾਲਚਾ ਕਾਲਜ ਬੀਏ ਸੈਕਿੰਡ ਕਲਾਸ ਜੀ। ਮੈਨੂੰ ਬਹੁਤ ਖੁਸ਼ੀ ਹੋ ਰਹੀ, ਮੈਂ 100 ਮੀਟਰ, 200 ਮੀਟਰ, 400 ਮੀਟਰ ਦੇ ਵਿੱਚ ਫਸਟ ਹਾਂ ਜੀ। ਮੈਂ ਸੰਤ ਬਾਬਾ ਤਰ ਸਿੰਘ ਖਾਲਸਾ ਕਾਲਜ ਦਾ ਬੈਸਟ ਅਥਲੀਟ ਬਣਿਆ ਜੀ, ਮੈਨੂੰ ਬਹੁਤ ਖੁਸ਼ੀ ਹੋ ਰਹੀ। ਮੈਂ ਸਮੁੱਚੀ ਮੈਨੇਜਮੈਂਟ ਕਮੇਟੀ ਦਾ ਅਤੇ ਕਾਲਜ ਦੇ ਸਟਾਫ ਦਾ ਬਹੁਤ ਬਹੁਤ ਧੰਨਵਾਦ ਕਰਦਾ ਜੀ। ਮੇਰਾ ਨਾਮ ਜਗਜੀਤ ਕੌਰ, ਮੈਂ ਸੰਤ ਬਾਬਾ ਤਰ ਸਿੰਘ ਖਾਲਸਾ ਕਾਲਜ ਦੀ ਵਿਦਿਆਰਥਣ ਹਾਂ। ਮੈਨੂੰ ਬਹੁਤ ਹੀ ਮਾਣ ਮਹਿਸੂਸ ਹੋ ਰਿਹਾ ਕਿ ਮੈਂ ਇਸ ਕਾਲਜ ਦੀ ਵਿਦਿਆਰਥਣ ਹਾਂ। ਮੈਂ ਅਥਲੈਟਿਕ ਮੀਟ ਵਿੱਚ ਬੈਸਟ ਅਥਲੀਟ ਚੁਣੀ ਗਈ ਹੈਗੀ। ਮੇਰੇ ਸਾਥੀਆਂ ਦਾ ਬਹੁਤ ਸਹਿਯੋਗ ਹੈ ਮੇਰੇ ਨਾਲ। ਮੈਂ ਉਸ ਕਾਲਜ ਦਾ ਬਹੁਤ ਬਹੁਤ ਧੰਨਵਾਦ ਕਰਨਾ ਚਾਹੁੰਦੀ ਹਾਂ ਜਿਸਨੇ ਮੈਨੂੰ ਇਹ ਮੁਕਾਮ 'ਤੇ ਪਹੁੰਚਾਇਆ। ਜੇਤੂ ਵਿਦਿਆਰਥੀਆਂ ਨੂੰ ਸੰਸਥਾ ਵੱਲੋਂ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਵਾਈਸ ਪ੍ਰਿੰਸੀਪਲ ਮੈਡਮ ਕੁਲਜੀਤ ਕੌਰ, ਪ੍ਰੋਫੈਸਰ ਡਾਕਟਰ ਕਰਮਜੀਤ ਕੌਰ, ਪ੍ਰੋਫੈਸਰ ਰਜਿੰਦਰ ਕੁਮਾਰ ਅਤੇ DP ਸਰਦਾਰ ਜਗਦੀਪ ਸਿੰਘ ਵੀ ਹਾਜ਼ਰ ਸਨ। ਸਾਡੇ ਰਿਪੋਰਟਰ ਗੌਰਵ ਗਰਗ ਸ਼ੇਰਪੁਰ ਨਾਲ ਗੱਲਬਾਤ ਕਰਦਿਆਂ ਕਾਲਜ ਕਮੇਟੀ ਦੇ ਜਨਰਲ ਸਕੱਤਰ ਗਿਆਨੀ ਬਾਬੂ ਸਿੰਘ ਜੀ ਨੇ ਆਪਣੇ ਵਿਚਾਰ ਰੱਖੇ। ਅੱਜ ਸੰਤ ਬਾਬਾ ਤਰ ਸਿੰਘ ਖਾਲਸਾ ਕਾਲਜ ਸੰਦੌੜ ਵਿਖੇ 46ਵੀਂ ਅਥਲੈਟਿਕ ਮੀਟ ਹੋਈ, ਜਿਸ ਦੇ ਵਿੱਚ ਕਾਲਜ ਦੇ ਵਿਦਿਆਰਥੀ ਔਰ ਵਿਦਿਆਰਥਾਂ ਨੇ ਬਹੁਤ ਵੱਡੀ ਗਿਣਤੀ ਵਿੱਚ ਭਾਗ ਲਿਆ। ਵਿਦਿਆਰਥੀ ਬਹੁਤ ਹੀ ਖੁਸ਼ ਸਨ। ਅੱਜ ਦੇ ਸਮਾਗਮ ਦੇ ਵਿੱਚ ਸਾਡੀ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਸਾਹਿਬ ਔਰ ਨਗਰ ਦੇ ਸਰਪੰਚ ਸਾਹਿਬ, ਸਟਾਫ ਮੈਂਬਰਾਂ ਸਾਹਿਬ ਜਿੰਨੇ ਵੀ ਪਹੁੰਚੇ ਹਨ, ਮੈਂ ਸਾਰਿਆਂ ਦਾ ਧੰਨਵਾਦ ਕਰਦਾ ਹਾਂ ਔਰ ਸਾਰੇ ਵਿਦਿਆਰਥੀਆਂ ਨੂੰ ਵਧਾਈ ਦਿੰਦਾ ਹਾਂ। ਵਿਸ਼ੇਸ਼ ਤੌਰ 'ਤੇ ਉਹਨਾਂ ਵਿਦਿਆਰਥੀਆਂ ਨੂੰ ਜਿਨ੍ਹਾਂ ਨੇ ਇਸ ਦੇ ਵਿੱਚ ਹਿੱਸਾ ਲੈ ਕੇ ਪੁਜ਼ੀਸ਼ਨਾਂ ਪ੍ਰਾਪਤ ਕੀਤੀਆਂ ਨੇ, ਔਰ ਅਰਦਾਸ ਕਰਦੇ ਹਾਂ ਵਾਹਿਗੁਰੂ ਅੱਗੇ ਕਿ ਅਗਲੇ ਸਾਲ ਉਹ ਇਸ ਤੋਂ ਵੀ ਹੋਰ ਤਕੜੇ ਹੋਏ ਖੇਡਾਂ ਦੇ ਵਿੱਚ ਹਿੱਸਾ ਲੈਣ, ਤਾਂ ਕਿ ਸਾਡੇ ਦੇਸ਼ ਦੇ ਵਿੱਚੋਂ, ਵਿਸ਼ੇਸ਼ ਤੌਰ 'ਤੇ ਪੰਜਾਬ ਦੇ ਵਿੱਚੋਂ ਜੋ ਨਸ਼ੇ ਦੇ ਵਾਸਤੇ ਬਦਨਾਮ ਹੈ, ਵਿਦਿਆਰਥੀ ਅੰਦਰ ਖੇਡਾਂ ਦੀ ਭਾਵਨਾ ਪੈਦਾ ਹੋ ਕੇ ਨਸ਼ਿਆਂ ਤੋਂ ਮੁਕਤ ਹੋ ਜਾਣ। ਸੋ ਇਹਨਾਂ ਸ਼ਬਦਾਂ ਦੇ ਨਾਲ ਮੈਂ ਫਿਰ ਸਾਰੇ ਵਿਦਿਆਰਥੀਆਂ, ਕਾਲਜ ਦੇ ਸਟਾਫ ਮੈਂਬਰਾਂ, ਕਮੇਟੀ ਔਰ ਨਗਰ ਦੇ ਸਰਪੰਚ ਸੰਘਾ ਸਾਹਿਬ, ਉਹਨਾਂ ਦਾ ਸਭ ਦਾ ਧੰਨਵਾਦ ਕਰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਧੇਰੇ ਜਾਣਕਾਰੀ ਲਈ ਸੰਪਰਕ ਕਰੋ ਗੌਰਵ ਗਰਗ ਸ਼ੇਰਪੁਰ, ਮੋਬਾਈਲ 94170-36301 ਅਤੇ 98141-36301, 94170-36301 ਅਤੇ 98141-36301।